ਪਹਿਲਾਂ ਦੀ ਤਰ੍ਹਾਂ ਮੂੰਹ ਦੀ ਖਾਣੀ ਪਏਗੀ ਔਰ ਸਰਕਾਰ ਨੂੰ ਪਿੱਛੇ ਮੋੜਾਂਗੇ ਅਸੀਂ। ਤੇ ਕਿਸਾਨ ਦੇ ਉਹਦੇ ਨਾਲ ਨਹੀਂ ਹੈਗੇ, ਪੰਜਾਬੀਆਂ ਦੇ ਮਸਲੇ ਨੇ, ਹਰਿਆਣਵੀਆਂ ਦੇ ਮਸਲੇ ਨੇ। ਇਹ ਆਪਣੇ ਇੱਕ ਨਵੀਂ ਸ਼ੁਰੂਆਤ ਹੈ ਕਿਸਾਨ ਅੰਦੋਲਨ ਵੱਲੋਂ ਕੀਤੀ ਜਾ ਰਹੀ। ਸਾਡੇ ਸਾਰੇ ਅਧਿਕਾਰ ਇਹ ਜਿਹੜੇ ਕੋਈ ਡੈਮਾਂ ਦੇ ਹੋਏ, ਪਾਣੀਆਂ ਦੇ ਹੋਏ, ਬਿਜਲੀ ਦੇ, ਇਹ ਸਰਕਾਰ ਖੋਣ ਵੱਲ ਨੂੰ ਚੱਲੀ ਹੋਈ ਹੈ। ਕਿਸਾਨ ਇੱਕ ਵਾਰ ਫਿਰ ਇਕੱਠੇ ਹੋਏ, ਤਸਵੀਰਾਂ ਮੋਹਾਲੀ ਦੀਆਂ ਨੇ ਜਿੱਥੇ ਵੱਡੀ ਗਿਣਤੀ ਚ ਕਿਸਾਨਾਂ ਨੇ ਇਕੱਠੇ ਹੋ ਕੇ ਅੰਦੋਲਨ ਮੁੜ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਨੇ। ਇਸ ਵਾਰ ਵੀ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੇ ਲਈ ਕਿਸਾਨ ਪਹੁੰਚੇ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ। ਕਿਸਾਨਾਂ ਦੀਆਂ 9 ਮੁੱਖ ਮੰਗਾਂ ਨੇ ਜਿਸ ਕਾਰਨ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਚ ਡੈਮ ਸੇਫਟੀ ਐਕਟ 2021 ਵਾਪਸ ਲੈਣ ਦੀ ਮੰਗ ਹੈ। ਬੀਬੀਐਮਬੀ ਚ ਪੰਜਾਬ ਤੇ ਹਰਿਆਣਾ ਦੇ ਮੈਂਬਰਾਂ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦਾ ਫੈਸਲਾ ਵਾਪਸ ਲੈਣ ਦੀ ਮੰਗ, ਚੰਡੀਗੜ੍ਹ ਚ ਨਿਯੁਕਤੀਆਂ 60-40 ਦੇ ਅਨੁਪਾਤ ਚ ਕਰਨ ਦੀ ਮੰਗ, ਚੰਡੀਗੜ੍ਹ ਚ ਧਰਨੇ ਦੀ ਥਾਂ ਸਕੱਤਰੇਤ ਨੇੜੇ ਕੀਤੀ ਜਾਵੇ, ਸਿੱਖ ਇਤਿਹਾਸ ਦੀ ਗਲਤ ਬਿਆਨੀ ਦਾ ਨੋਟਿਸ ਲਿਆ ਜਾਵੇ, ਅੰਦੋਲਨ ਦੌਰਾਨ ਦਰਜ ਕੇਸ ਵਾਪਸ ਹੋਣ ਅਤੇ ਮੁਆਵਜ਼ਾ ਦਿੱਤਾ ਜਾਵੇ, ਲਖੀਮਪੁਰ ਖੀਰੀ ਦੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ, ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋਣ, ਕੇਂਦਰ ਸੂਬਿਆਂ ਦੇ ਅਧਿਕਾਰਾਂ ਚ ਦਖਲ ਨਾ ਦੇਵੇ। ਕਿਸਾਨਾਂ ਨੇ ਰਾਜਪਾਲ ਭਵਨ ਤੱਕ ਮਾਰਚ ਕਰਨਾ ਸੀ ਪਰ ਪ੍ਰਸ਼ਾਸਨ ਨੇ ਅਜਿਹਾ ਨਹੀਂ ਕਰਨ ਦਿੱਤਾ। ਕਿਸਾਨਾਂ ਦੇ ਕੁਝ ਲੀਡਰ ਹੀ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਆਏ। ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਕਿਸਾਨ ਸੰਤੁਸ਼ਟ ਦਿਖਾਈ ਦਿੱਤੇ। ਪੰਜਾਬ ਦੇ ਹਰਿਆਣੇ ਨਾਲ ਜੋ ਮੁਲਾਕਾਤ ਹੋਈ ਬਹੁਤ ਵਧੀਆ ਹੋਈ, ਬਹੁਤ ਵਧੀਆ ਮੰਗਾਂ ਅਸੀਂ ਰੱਖੀਆਂ ਉਹਨਾਂ ਕੋਲ, ਐਕਸਪਲੇਨ ਕੀਤੀਆਂ 8 ਦੀਆਂ 8 ਮੰਗਾਂ ਜਿਹੜੀਆਂ, 9 ਦੀਆਂ 9 ਮੰਗਾਂ ਉਹਨਾਂ ਕੋਲ ਰੱਖੀਆਂ ਗਈਆਂ ਔਰ ਉਹਨਾਂ ਨੇ ਯਕੀਨ ਦਵਾਇਆ ਬੜੀ ਚੰਗੀ ਤਰ੍ਹਾਂ ਕਿ ਦੇਖੋ ਮੈਂ ਰਿਕਮੈਂਡ ਤਾਂ ਨਹੀਂ ਕਰ ਸਕਦਾ ਲੇਕਿਨ ਇਹਨਾਂ ਮੰਗਾਂ ਨੂੰ ਮੈਂ ਫਾਰਵਰਡ ਤੁਹਾਡੇ ਵੱਲੋਂ ਆਪਣੇ ਵੱਲੋਂ ਕਰ ਦੂੰਗਾ ਆਪਣੇ ਰਾਸ਼ਟਰਪਤੀ ਕੋਲ। ਸੋ ਦੂਸਰਾ ਅਸੀਂ ਉਹਨਾਂ ਕੋਲ ਰੱਖਿਆ ਕਿ ਇਹ ਤਾਂ ਤੁਹਾਡੇ ਵੱਸ 'ਚ ਹੈ ਕਿ ਜਿਹੜੇ ਕੇਸ ਚੰਡੀਗੜ੍ਹ 'ਚ ਹੋਏ ਨੇ ਉਹ ਕੇਸ ਵਾਪਸ ਹੋਣ ਔਰ ਉਹਨਾਂ ਨੇ DGP ਚੰਡੀਗੜ੍ਹ ਜਿਹੜਾ ਮਿਸਟਰ ਰੰਜਨ ਉਹਨਾਂ ਨੂੰ ਕਿਹਾ ਵੀ ਤੁਸੀਂ ਇਮੀਡੀਏਟਲੀ ਇਹਦੀ ਪ੍ਰਕਿਰਿਆ ਸ਼ੁਰੂ ਕਰੋ ਸੋ ਦੈਟ ਅੰਦੋਲਨ ਦੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤੇ ਗਏ ਕੇਸ ਨੇ ਜਿਹੜੇ ਉਹ ਵਾਪਸ ਹੋ ਜਾਣ। ਮੋਹਾਲੀ 'ਚ ਪ੍ਰਦਰਸ਼ਨ ਕਰਨ ਤੋਂ ਬਾਅਦ ਕਿਸਾਨਾਂ ਨੇ ਭਵਿੱਖ 'ਚ ਵੱਡਾ ਅੰਦੋਲਨ ਖੜਾ ਹੋਣ ਦੇ ਵੀ ਸੰਕੇਤ ਦਿੱਤੇ ਨੇ। ਕਰਜ਼ਾ ਬਹੁਤ ਵੱਡੀ ਸਮੱਸਿਆ ਹੈ, ਕਰਜ਼ੇ ਨਾਲ ਲੋਕ ਖੁਦਕਸ਼ੀਆਂ ਕਰ ਰਹੇ ਨੇ, ਨੰਬਰ 1। ਨੰਬਰ 2 ਕਿਸਾਨੀ ਦਾ ਕਚੁੰਬਰ ਨਿਕਲ ਰਿਹਾ, ਨੰਬਰ 3 MSP ਦਾ ਮਸਲਾ ਅਜੇ ਬਾਕੀ ਹੈ, ਲਖੀਮਪੁਰ ਖੀਰੀ ਦਾ ਅਜੇ ਮਿਸ਼ਰਾ ਟਹਿਣੀ ਅਜੇ ਵੀ ਮੰਤਰੀ ਮੰਡਲ 'ਚ ਬੈਠਾ। ਸੋ ਦੇਸ਼ ਦੇ ਕਿਸਾਨਾਂ ਦਾ ਇਸ਼ੂ ਹੈ ਜਿਹੜਾ ਇਹ ਕਾਫੀ ਗੰਭੀਰ ਹੈ, ਵੱਡਾ ਹੈ, ਖੁਦਕਸ਼ੀਆਂ ਕਰ ਰਹੇ ਨੇ। ਇਸ ਲਈ ਕਿਸਾਨਾਂ ਨੂੰ ਇੱਕ ਇਨਸਾਫ ਦਵਾਉਣ ਲਈ ਇੱਕ ਵੱਡੇ ਅੰਦੋਲਨ ਦੀ ਜ਼ਰੂਰਤ ਹੈ ਔਰ ਵੱਡੇ ਅੰਦੋਲਨ ਨੂੰ ਦੇਸ਼ ਦੇ ਲੋਕ ਤੇ ਕਿਸਾਨ ਉਡੀਕ ਰਹੇ ਨੇ। ਲੋਕ ਜਾਗੇ ਹੋਏ ਨੇ, ਇੱਕ ਸੱਦੇ ਦੇ ਉੱਤੇ ਟਰੈਕਟਰ ਵੀ ਬਹੁਤ ਆਏ ਆ, ਇੱਥੇ ਲੋਕ ਵੀ ਬਹੁਤ ਆਏ ਆ, ਟਰੈਕਟਰ ਵੀ ਨਹੀਂ ਕਿਤੇ ਗਏ, ਕਿਸਾਨ ਵੀ ਨਹੀਂ ਕਿਤੇ ਗਏ, ਅਸੀਂ ਵੀ ਨਹੀਂ ਕਿਤੇ ਗਏ ਤੇ ਜੇ ਨਹੀਂ ਮੰਨਣਗੇ ਅਸੀਂ ਫਿਰ ਤਿਆਰ ਹਾਂ ਜਦੋਂ ਜਹਿਦ ਕਰਨ ਲਈ, ਅਹਾੜੀ ਤੋਂ ਬਾਅਦ ਫਿਰ ਅਸੀਂ ਜਦੋਂ ਯਾਦ ਕਰਾਂਗੇ। ਮੋਹਾਲੀ 'ਚ ਧਰਨੇ 'ਚ ਸ਼ਾਮਲ ਹੋਣ ਦੇ ਲਈ ਕਿਸਾਨਾਂ ਦੇ ਚਰਚਿਤ ਚਿਹਰੇ ਰਾਕੇਸ਼ ਟਿਕੈਤ ਵੀ ਪਹੁੰਚੇ। ਰਾਕੇਸ਼ ਟਿਕੈਤ ਨੇ ਦਮ ਭਰਿਆ ਕਿ ਹੁਣ ਵੋਟ ਨਾਲ ਦੇਸ਼ ਨਹੀਂ ਬਚਣਾ ਬਲਕਿ ਅੰਦੋਲਨ ਨਾਲ ਹੀ ਦੇਸ਼ ਬਚੇਗਾ। ਲੋਕਤੰਤਰ ਰਾਹ ਕਹਾਂ, ਦੇਸ਼ ਮੇ ਤੋਂ ਰਾਹ ਨਹੀਂ, ਉਹ ਤਾਂ ਖਤਮ ਹੋ ਗਿਆ, ਕਾਗਜ਼ੋਂ ਮੇ ਰਹਿ ਗਿਆ। अब तो निमट गया केस लोकतंत्र का, तो अब तो आंदोलन से देश बचेगा, वोट से देश नहीं बचना, आंदोलन से देश बचेगा। किसान लीडर जगजीत दलेवाल ने दावा किया है कि संयुक्त किसान मोर्चा मजबूत है अते लोका दे हका दे लई कदे भी पिछे नहीं हटेगा। सरकारां लोकां दे हकां दे उते डाका मारनगियां ते जागदी जमीर वाले लोक उदों आपदे हकां दी आवाज चुकणगे। ਭੁਲੇਖਾ ਪੈ ਗਿਆ ਸੀਗਾ ਇੱਕ ਸਰਕਾਰ ਨੂੰ ਕਿ ਸ਼ਾਇਦ ਅਸੀਂ ਆਪਦਾ ਜਿਹੜਾ ਦਾਅ ਵਰਤਿਆ ਹੈ ਲੋਕਾਂ ਨੂੰ ਤੋੜਨ ਦਾ, ਲੋਕਾਂ ਨੂੰ SKM ਨੂੰ ਪਾੜਨ ਦਾ, ਉਸ ਦਾਅ ਦੇ ਨਾਲ ਸ਼ਾਇਦ SKM ਟੁੱਟ ਗਿਆ ਹੋਵੇ। ਅੱਜ ਉਹ ਭੁਲੇਖਾ ਦੂਰ ਹੋ ਜਾਏਗਾ ਕਿ SKM ਮਜ਼ਬੂਤ ਹੈ, SKM ਉਸੇ ਤਰ੍ਹਾਂ ਖੜਾ ਹੈ, ਲੋਕ ਲੜਾਈ ਲੜਨ ਵਾਲੇ ਮੈਦਾਨ 'ਚ ਖੜੇ ਨੇ ਔਰ ਉਹ ਪਿੱਛੇ ਨਹੀਂ ਹਟਣਗੇ। ਜਿਸ ਤਰੀਕੇ ਦੇ ਨਾਲ ਸਰਕਾਰ ਨੇ ਲੁਕਵੇਂ ਢੰਗ ਨਾਲ ਇਹ ਕੀਤਾ, ਇਹ ਲੋਕ ਬਰਦਾਸ਼ਤ ਨਹੀਂ ਕਰਨਗੇ। ਕਿਸਾਨਾਂ ਨੇ ਆਪਣੀਆਂ ਅਤੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਗਤੀਵਿਧੀ ਸ਼ੁਰੂ ਕਰ ਦਿੱਤੀ ਹੈ। ਇਹ ਗਤੀਵਿਧੀ ਕਿੱਥੇ ਜਾ ਕੇ ਰੁਕੇਗੀ ਇਹ ਤਾਂ ਸਮਾਂ ਹੀ ਦੱਸੇਗਾ।